ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ, ਕੀ ਹਾਲ ਚਾਲ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬੜੇ ਮਜ਼ੇ 'ਚ ਰਹਿੰਦੇ ਹੋਵੋਗੇ। ਇਸ ਉਮੀਦ ਦੇ ਨਾਲ ਅੱਜ ਦਾ ਵਲੋਗ ਕਰਨੇ ਆ ਸਟਾਰਟ। ਸੁਬਹ ਸੁਬਹ ਦਾ ਟਾਈਮ ਹੈ ਅਤੇ ਮੈਂ ਅਤੇ ਰਾਜੂ ਸਾਹਿਬ ਜਾ ਰਹੇ ਹਾਂ ਸੁਬਹ ਸੁਬਹ ਸੈਰ ਕਰਨ। ਇੱਕ ਵਾਰੀ ਰਾਜੂ ਕਰ ਰਹੇ ਆ ਸੈਰ, ਇੱਕ ਵਾਰੀ ਫਿਰ ਜਾ ਰਿਹਾ ਮੇਰੇ ਨਾਲ। ਹੈ ਰਾਜੂ, ਫੇਰ ਬੰਦੇ ਨੂੰ ਸ਼ੈੱਡ ਜਿਹੜਾ ਲਵਾਇਆ ਕਬਰਸਤਾਨਾਂ ਨੇ, ਬਾਕੀ ਸੂਰਜ ਜਿਹੜਾ ਨਾ ਤਲੂ ਹੋ ਗਿਆ। ਚੈੱਕ ਕਰੋ, ਕਬਰਸਤਾਨਾਂ ਚ ਬੂਟੀ ਬਹੁਤ ਜ਼ਿਆਦਾ ਹੋ ਗਈ ਹੈ, ਸਪਰੇਅ ਕਰਨਗੇ ਫੇਰ ਜਿਹੜਾ ਨਾ ਲੱਥਣੀ ਹੈ। ਐਵਲੀ ਸਾਈਡ ਸਾਫ਼ ਨੇ, ਪਰ ਕਬਰਸਤਾਨਾਂ ਚ ਬੂਟੀ ਇੱਥੇ ਹਾਂਜੀ ਪੌਦੇ ਸ਼ੌਦੇ ਅਤੇ ਵਾਮ ਨੇ ਵਢਾ ਵਡੂ ਕੇ ਵੇਚ ਛੜੇ ਨੇ। ਪੌਦੇ ਹੁੰਦੇ ਹੈ, ਛਾਂ ਛਾਂ ਹੁੰਦੀ ਸੀ ਨਾ। ਹੈ ਰਾਜੂ, ਬੜਾ ਮਜ਼ਾ ਆਉਂਦਾ ਸੀ ਇੱਥੇ, ਬੰਦਾ ਬਹਿ ਬੂ ਜਾਂਦਾ ਸੀ। ਹੁਣ ਬਹਿਣ ਲਈ ਵੀ ਕੋਈ ਜਗ੍ਹਾ ਨਹੀਂ ਹੈ ਇੱਥੇ। ਹਨ ਝਾੜ ਪੈਂਦਾ, ਕ੍ਰਿਕਟ ਵਾਮ ਖੇਡਦੀ ਸੀ ਇੱਥੇ, ਛਾਵੇਂ ਨਾਲ ਪੈ ਜਾਂਦੀ। ਹੁਣ ਕੋਈ ਕੰਮ ਨਹੀਂ ਰਿਹਾ, ਵਾਮ ਸਭ ਕੁਛ ਵੇਚੀ ਜਾਂਦੀ। ਭੁੱਖ ਪੈ ਗਈ ਯਾਰ, ਬਸ ਭੁੱਖ ਪੈ ਗਈ। ਅਸੀਂ ਵੀਡੀਓ ਬਣਾਉਣੇ ਵਾ, ਜਵਾਨ ਸੁੱਤਾ ਉੱਠ ਕੇ ਆਉਂਦਾ ਪਿਆ। ਕੀ ਤਾਂ ਤੈਨੂੰ ਆਖੀ ਵੀਡੀਓ ਬਣਾਉਣੀ? ਮੈਂ ਭਾਅ ਜੀ ਤੁਹਾਨੂੰ ਪਹਿਲਾਂ ਆਖਿਆ ਸੀ ਨਾ ਆਇਓ। ਇਹ ਵੇਖ, ਮੈਂ ਤੇ ਸਮਾਨ ਫੁੱਲ ਰੈਡੀ ਹੋ ਗਈ ਆ। ਇਹ ਬੰਦਾ ਵੇਖ ਲਓ, ਸਮਾਨ ਤੇ ਭਾਅ ਜੀ ਨਹਾ ਕੇ ਵੀ ਨਹੀਂ ਆਇਆ, ਉਹਨੇ ਨਹਾਉਣਾ ਸੀ, ਲੇਟ ਹੋ ਗਿਆ। ਹਾਂ ਸਮਾਨ ਮੈਂ ਲੇਟ ਹੋ ਗਿਆ, ਨਹਾਉਣਾ ਸੀ ਨਹਾਉਣਾ ਸੀ, ਇਹਦੀ ਵਜ੍ਹਾ ਤੋਂ ਲੇਟ ਹੋਇਆ। ਹਾਂਜੀ, ਹੁਣ ਇਹਨੂੰ ਕੀ ਜੁਰਮਾਨਾ ਪਾਉਣੇ? ਇਹਨੂੰ ਕਹਿਣਾ ਕਿ ਬੱਚੇ ਦਾ ਵੀਡੀਓ ਬਣਾਉਣੀ ਹੈ ਜਾੜੀ ਆ। ਜੁਰਮਾਨਾ ਕੀ ਪਾਉਣੇ? ਵੀਡੀਓ ਤੇ ਬਣਾ ਹੀ ਲੈਣੀ ਹੈ। 5000 ਰੁਪਿਆ ਦੇ। 5000 ਰੁਪਿਆ ਕਿਹੜਾ ਬਦਲ ਨਾ ਮੰਗਣਾ ਪਿਆ ਤੁਹਾਨੂੰ? ਤੇਰੀ ਸਿਹਤ ਹੈ 5000 ਲੈਣ? 100 ਰੁਪਿਆ ਦੇ। 100 ਰੁਪਏ ਦੀ ਸਿਹਤ ਹੈ, ਚੁੱਕ ਲੈਣਾ ਹੀ। 100 ਰੁਪਏ ਚੁੱਕ ਲੈਣਾ ਹੀ ਹੁੰਦੀ ਸੀ। ਹਾਂ ਮੈਂ ਚੁੱਕ ਲਾਵਾਂ। ਉਹ ਭਾਈ ਜਾਨ, ਹੁਣ ਜਿਹੜਾ ਨਾ ਵੀਡੀਓ ਸ਼ੀਡੀਓ ਬਣਾਉਂਦੇ ਹਾਂ, ਵੱਛਾ ਸਜਾਇਆ, ਪਹਿਲਾਂ ਸਜਾਇਆ ਇੱਕ ਬੰਦੇ ਨੇ। ਉਸਤਾਦ ਜੀ, ਗੱਡੀ ਪੈਂਚਰ ਹੋ ਗਈ ਹੈ? ਠੀਕ ਠਾਕ ਹੋ? ਠੀਕ ਠਾਕ। ਹੁਣ ਜਾਂਦੇ ਹਾਂ ਅਸੀਂ, ਵੱਛਾ ਸਜਾਇਆ, ਰਾਜੂ ਨੂੰ ਲੈ ਕੇ ਜਾਂਦੇ ਹਾਂ। ਰਾਜੂ ਆਉਂਦਾ ਸੀ ਵੀ ਵੱਛਾ ਮੇਰੇ ਆਉਂਦੇ ਨੂੰ ਸਜਾ ਰਿਹਾ, ਅਤੇ ਬੰਦੇ ਇੱਕ ਨੂੰ ਆਕੇ ਸਜਾ ਰਹੀ, ਉਹਨੇ ਸਜਾ ਰਿਹਾ। ਰਾਜੀ ਯਾਰ, ਬੱਚੇ ਨਹੀਂ ਸਜਾਇਆ ਜੀ, ਸਜਾ ਲੈਣੇ ਆ। ਨਹੀਂ ਨਹੀਂ, ਬੱਚਾ ਜਿਹੜਾ ਨਾ ਸਜਾ ਦਿੱਤਾ, ਉੱਥੇ ਜਾ ਕੇ ਵੀਡੀਓ ਸ਼ੀਡੀਓ ਬਣਾਉਂਦੇ ਹਾਂ, ਤੁਹਾਨੂੰ ਵੀ ਬਹਾਨੇ ਆ। ਨਾਲੇ ਬੱਚਾ ਕਿੱਡਾ ਸੋਹਣਾ ਲੱਗਦਾ, ਚੈੱਕ ਕਰਿਓ। ਇਹ ਉਸਤਾਦ ਬਣਾਉਂਦਾ ਬੱਚਾ, ਚੈੱਕ ਕਰੋ ਕਿੱਡਾ ਸੋਹਣਾ ਬੱਚਾ। ਹਾਂਜੀ ਉਸਤਾਦ ਜੀ, ਕਿੰਨੇ ਦਾ ਲਿਆ ਇਹ ਬੱਚਾ? 3.5 ਲੱਖ ਦਾ। ਬੱਚਾ ਵੀ ਚੰਗਾ ਮਾਰਦਾ ਤੇ ਨਹੀਂ, ਪਿਆਰ ਹੀ ਕਰਦਾ ਹੈ। ਚੰਗਾ ਬੱਚਾ ਸਜਾਇਆ, ਚੈੱਕ ਕਰੋ। ਆਵੇਂ ਸਮਾਨ ਤੂੰ ਕਿੰਨੇ ਆ ਲਿਆ ਸੀ? ਮੈਂ ਲਿਆ ਸੀ 1.66 ਦਾ। 1.66 ਦਾ? ਹਾਂਜੀ। ਉਹ ਝੂਠ ਰਵਾ, ਵੀਡੀਓ ਜੀ 1.65 ਦਾ। ਹਾਂ 1.65 ਦਾ ਲਿਆ ਸੀ। ਝੂਠ ਭਰਿਆ ਗਿਆ। ਇਹ ਬੱਚਾ ਚੰਗਾ ਹੀ ਨਾ? ਹਾਂਜੀ, ਤਗੜਾ ਬੱਚਾ ਹੈ। ਹਾਂਜੀ। ਹਾਂ ਭਾਈ ਜਾਨ, ਬੱਚਾ ਜਿਹੜਾ ਨਾ ਬੜਾ ਸਜਾਇਆ ਸੀ ਮੁੰਡੇ ਨੇ, ਮੁੰਡੇ ਦਾ ਬੱਚਾ ਸੀ। ਆਪਣਾ ਹੀ ਸਮਾਨ ਹੈ, ਇਹਦੇ ਸਜਾਉਣਾ ਸਹੀ ਹੈ। ਹਾਂ ਆਪਣਾ ਵੀ ਆਈ ਤਾਂ ਇਨਸ਼ਾਅੱਲਾ ਇਹ ਕੁਰਬਾਨੀ ਦੇ ਇਹਨਾਂ ਜਿਹਾ ਸਜਾਵਾਂਗੇ। ਬਾਕੀ ਜਿਹੜਾ ਨਾ ਹੁਣ ਮੈਂ ਸਪਲਾਨਾ ਸਮਾਨ ਨੂੰ ਘਾਟ, ਅਤੇ ਮੈਂ ਤੇ ਰਾਜੂ ਫਿਰ ਬਾਕੀ ਵੀਡੀਓ ਕਰਨੇ ਆ ਸਟਾਰਟ। ਸਮਾਨ ਨੂੰ ਕੰਮ ਹੈ ਜ਼ਰਾ। ਹੈ ਸਮਾਨ, ਕਿਹੜਾ ਕੰਮ ਹੈ? ਖੇਲਣਾ। ਇਹ ਚੰਗਾ ਕੰਮ ਹੈ ਰਾਜੂ ਸਾਹਿਬ, ਖੇਡਣ ਵਾਲਾ ਕੰਮ ਹੈ ਸਾਡੇ ਵਾਲਾ। ਇਹਨੂੰ ਵੀ ਸ਼ੌਕ ਹੈ, ਇਹਦਾ
ਘਰ ਲੈਣੇ ਲਾ ਲੈਣੇ ਆ ਸ਼ੌਕ ਸ਼ੌਕ ਪੈਣ ਇੱਥੇ ਲਾਇਆ ਜੀ ਸਮਾਨ ਨੂੰ ਸਮਾਨ ਤੁਰ ਜਾਂਦਾ ਘਰ ਅਤੇ ਇਹ ਮੋਟੇ ਛੋਟੇ ਚੱਲਦੇ ਵੀ ਪਾਣੀ ਲੱਗਿਆ ਚੈੱਕ ਕਰੋ ਸਬਜ਼ ਸਬਜ਼ ਘਾਸ ਏ ਸਮਾਨ ਤੂੰ ਆਉਂਦਾ ਹਾਂ ਮੈਂ ਨਾ ਨਾਤਾ ਨਹੀਂ ਇਹਨੇ ਆਖਿਆ ਨਾ ਰਾਜ ਨਾਤਾ ਨਹੀਂ ਇੱਥੇ ਨਾਲ ਹੈ ਠੰਡ ਲੱਗ ਗਰਮੀ ਆ ਜੇ ਠੰਡ ਲੱਗਦੀ ਹੈ ਚੱਲ ਪਾਣੀ ਪੀ ਲੈ ਨਹਾ ਦੇ ਨਹੀਂ ਹੂੰ ਬਾਕੀ ਜਿਹੜਾ ਨਾ ਬੱਚਾ ਨਾ ਕੈਸਾ ਸਜਾਇਆ ਸੀ ਬੱਚਾ ਫਸਟ ਕਲਾਸ ਸੀ ਨਾ ਕੁਰਬਾਨੀ ਦਾ ਜਾਨਵਰ ਦਾ ਜਿਹੜਾ ਨਾ ਬਹੁਤ ਖੂਬਸੂਰਤ ਸਜਾਇਆ ਸੀ ਉਹਨਾਂ ਅਤੇ ਇੰਝ ਹੀ ਸਜਾਉਣਾ ਚਾਹੀਦਾ ਸਾਰਿਆਂ ਬੰਦਿਆਂ ਨੂੰ ਕਿ ਨਹੀਂ ਬੱਚਾ ਸਜਾਉਣਾ ਚਾਹੀਦਾ ਇੰਝ ਹੀ ਇਹ ਬੰਦਾ ਹੀ ਨੀਂਦਰ 'ਚ ਮੇਰੇ ਖਿਆਲ ਨਾਲ ਤਾਂ ਦਾਦੇ ਨੂੰ ਬੋਲਿਆ ਨਹੀਂ ਜਾਂਦਾ ਵੀ ਨੀਂਦਰ 'ਚ ਵੀ ਆਈਏ ਸੋਗ ਉੱਠ ਕੇ ਆਇਆ ਸੀ ਹੁਣ ਆਈਏ ਸਮਾਨ ਤੁਰ ਚੱਲ ਸਮਾਨ ਤੁਰ ਚੱਲ ਬਾਏ ਬਾਏ ਕਰਦੇ ਫਿਰ ਅੱਜ ਆ ਦਫਾ ਹੀ ਆ ਹੁਣ ਜਾਂਦੇ ਹਾਂ ਸੜਕੀ ਅੱਡੇ 'ਚ ਵੀਡੀਓ ਛੱਡੀਆਂ ਬਣਾਉਂਦੇ ਹਾਂ ਹੋਰ ਮਜ਼ੇ ਮੁਜ਼ੇ ਵਾਲੀਆਂ ਫਣੀ ਫੁਣੀ ਵੀਡੀਓ ਬਣਾਉਂਦੇ ਹਾਂ ਫਿਰ ਬਾਅਦ 'ਚ ਕੰਮ ਦੂਜਾ ਸਟਾਰਟ ਕਰਾਂਗੇ ਉਹ ਨਾਲਾ ਨਾਲਾ ਨੀਰੇ ਵਾਲ ਹੀ ਧੋਈ ਜਾਂਦਾ ਪਾ ਨਹਾ ਵੀ ਲੈ ਓਏ ਨਹਾਉਂਦਾ ਕਿਉਂ ਨਹੀਂ ਪਿਆ ਵਾਲ ਧੋ ਕੇ ਜੀ ਚਲੋ ਜੀ ਐਂ ਬਿਮਾਰ ਹੋਈ ਜਾਂਦਾ ਬੰਦਾ ਕੁੰਡਾ ਨਹੀਂ ਨਹਾਉਂਦਾ ਕਿਉਂ ਨਹੀਂ ਪਿਆ ਇਹ ਚੰਗਾ ਕੰਮ ਹੀ ਯਾਰ ਬੰਦਾ ਵਾਲ ਹੀ ਧੋਂਦਾ ਪਿਆ ਬਸ ਨਹੀਂ ਸੋਚਦੀ ਬਈ ਬੋਲ ਤੇ ਉੱਚੀ ਜਲ ਤੂੰ ਨੀਂਦਰ ਚ ਹੁਣ ਮੂੰਹ ਨੀ ਧੋਤਾ ਆ ਤੂੰ ਹੁਣ ਤੇ ਬੋਲਣਾ ਚਾਹੀਦਾ ਉੱਚਾ ਕਿ ਹੁਣ ਜੀ ਜਾਣ ਕੇ ਇੰਜ ਕੋਨਾ ਪਿਆ ਆਏ ਵਾਲ ਕਿਉਂ ਧੋਈ ਜਾਂਦਾ ਪਿਆ ਨਾਲੇ ਠੰਡ ਲੱਗਦੀ ਆ ਬੰਦਿਆਂ ਸਾੜ ਇੰਨੀ ਠੰਡ ਲੱਗਦੀ ਹੈ ਇੱਥੇ ਮੈਂ ਨਾ ਮੈਨੂੰ ਗਰਮੀ ਲੱਗਦੀ ਇਕੱਲੇ ਨੂੰ ਉਂਝ ਨਹਾਤਾ ਜਿਹੜਾ ਨਾ ਰਾਜ ਵੀ ਨਹੀਂ ਹੁਣ ਜਾਂਦੇ ਹਾਂ ਸੂਟ ਦਿੱਤਾ ਦਰਜੀ ਨੂੰ ਉੱਥੇ ਜਾ ਕੇ ਪੁੱਛਦੇ ਹਾਂ ਕਿ ਸੂਟ ਦੇ ਹਾਲ ਛਿਪਿਆ ਗਿਆ ਕਿ ਨਹੀਂ ਈਦ ਵਾਸਤੇ ਸੂਟ ਦਿੱਤਾ ਰਾਜੀ ਤੂੰ ਪੈਨ ਸ਼ਿਲਟ ਪਾਉਣੀ ਸੂਟ ਆਈਏ ਕਿਹੜੇ ਰੰਗ ਦਾ ਇਹ ਪਤਾ ਕੋਈ ਨਹੀਂ ਜੀ ਰੰਗ ਦਾ ਮੈਂ ਕਿਹਾ ਮੇਰੇ ਨਾਲ ਦਾ ਕੀ ਪਤਾ ਰੰਗ ਦਾ ਹੋਏ ਸੂਟ ਤੇ ਚਲੋ ਬੰਦਾ ਇਕੱਠਿਆਂ ਜੋੜੀ ਬਣਾ ਕੇ ਤਸਵੀਰ ਬਣਾ ਲੈਂਦਾ ਇੱਕ ਹੈ ਰਾਜੂ ਇੱਥੇ ਆਏ ਜੀ ਦੁਕਾਨ 'ਤੇ ਸੂਟ ਵਗੈਰਾ ਦਿੱਤਾ ਸੀ ਇੱਥੇ ਦੁਕਾਨ 'ਤੇ ਪਤਾ ਨਹੀਂ ਸੀ ਪਿਆ ਗਿਆ ਹੁਣ ਕਿ ਨਹੀਂ ਪੁੱਛਦੇ ਹਾਂ ਰਾਜੂ ਸਾਹਿਬ ਵਾਈ ਕਰਾ ਕੇ ਪੁੱਛੋ ਮੁੰਡੇ ਨੂੰ ਸੀਪ ਕਹਿ ਲਓ ਜੀ ਹੁਣ ਸੂਟ ਵਗੈਰਾ ਲੈਂਦੇ ਹਾਂ ਕੱਲ੍ਹ ਲਵਾਂਗੇ ਸੂਟ ਵਗੈਰਾ ਅਤੇ ਫਿਰ ਈਦ ਵਾਲੇ ਦਿਨ ਪਾ ਲਿਆਂਗੇ ਸੂਟ ਵਗੈਰਾ ਤਾਂ ਪੁੱਛ ਲਿਆ ਆਉਂਦੇ 10 ਵਜੇ ਕੱਲ੍ਹ ਮਿਲ ਜਾਏਗਾ ਪੂਰੀ ਗਰੰਟੀ ਦੇ ਨਾਲ ਹੁਣ ਜਾਂਦੇ ਹਾਂ ਸਾਰਾ ਕੱਢੇ ਵੱਲ ਨੂੰ ਚਲੋ ਰਾਜੂ ਸਾਹਿਬ ਚਲੀਏ ਚਲੋ ਇਹ ਦਰਜੀ ਦੀ ਦੁਕਾਨ ਦੇ ਬਾਹਰ ਖਲੋਤੀ ਉਸਤਾਦ ਇਹਨੂੰ ਵੀ ਇਹਨਾਂ ਦਾ ਸੂਟ ਪਵਾ ਰਿਕ ਕੀ ਇਹ ਮੈਨੂੰ ਮੇਰੇ ਹਿਸਾਬ ਨਾਲ ਠੰਡ ਲੱਗਦੀ ਹੈ ਬਈ ਗਾਰਡ ਖਿਲਾ ਰਿਹਾ ਬਾਈ ਸਕਿਉਰਟੀ ਗਾਰਡ ਹੈ ਰਾਜੂ ਆ ਰਿਹਾ ਸਕਿਉਰਟੀ ਗਾਰਡ ਖਿਲਾ ਰਿਹਾ ਸਕਿਉਰਟੀ ਗਾਰਡ ਮੈਨੂੰ ਤੇ ਇੰਜ ਲੱਗਦਾ ਬਿਮਾਰ ਹੈ ਹਾਂਜੀ ਮੋਸਲ ਸਾਹਿਬ
ਠੀਕ ਠਾਕ ਬਾਸ਼, ਤੁਸੀਂ ਸੁਣਾਓ? ਪ੍ਰਾਹੁਣੇ ਆਏ ਨੇ ਮੇਰੇ ਕੋਲ ਤੇ ਮੈਨੂੰ ਉਹਨੇ ਪਾਣੀ ਪਿਆਓ ਤੇ ਮੈਂ ਕਿਹਾ ਕੱਖ ਨੀ ਲੈ ਕੇ ਆਏ ਤੇ ਕੱਖ ਨੀ ਪਿਆਣਾ, ਕੱਖ ਨੀ ਪਿਆ ਲੈ ਕੇ ਆਉਂਦੇ ਤੇ ਫੇਰ ਪਿਆਣਾ ਸੀ। ਹਾਂਜੀ ਮੀਆਂ ਸਾਹਿਬ, ਅੱਜ ਮੈਂ ਵੀਡੀਓ ਵੇਖੀ, ਮੀਆਂ ਸਾਹਿਬ ਲੈ ਕੇ ਆਏ ਨੇ ਅੰਬਾਂ ਦੀ ਪੇਟੀ, ਮੀਆਂ ਤੇ ਗੋਲੀ, ਤੇ ਉਹ ਕੁੱਲੀ ਨੇ ਕਿਤੇ ਵੀਡੀਓ ਬਣਾਈ, ਚੋਰੀ ਕਰਕੇ ਲੈ ਆਏ, ਫਟਾਫਟ ਸਟਾਰਟ ਕਰਕੇ ਲੈ ਗਏ ਟਿਕਟਾਕ ਦੀ ਚਾੜੀ। ਗੋਸ਼ਤ ਵਾਲੇ ਬੰਦੇ ਕੋਲ ਆਏ ਆ, ਬੱਚਾ ਇੱਕ ਬੜਾ ਸੋਹਣਾ ਸਜਾਇਆ ਕੁੱਲੀ ਹੋਣਾ, ਉਹਦੀ ਵੀਡੀਓ ਬਣਾ ਕੇ ਆਏ। ਹਾਂ ਸਾਹਮਣੇ ਉਹਦਾ ਹੀ ਅੱਜ ਚੱਲੇਗਾ। ਮੁਰਗੀਆਂ ਰਹਿ ਗਈਆਂ ਨੇ ਦੋ, ਫਿਰ ਬਾਅਦ ਚ ਮੁਰਗੀਆਂ ਹੁੰਦੀਆਂ ਨੇ ਖਤਮ ਤੇ ਫਿਰ ਜਾਂਦੇ ਆ ਗਰਾਊਂਡ ਵੱਲ ਨੂੰ ਖੇਡਣ ਵਗੈਰਾ। ਕੱਲ ਤੋਂ ਤੁਹਾਡਾ ਪੀਤਾ ਸੀ ਜਿੱਤ ਗਏ, ਤੈਨੂੰ ਆਖੇ ਤੂੰ ਕਿਉਂ ਨੀ ਗਿਆ? ਮੇਰਾ ਭਾਰ ਡਿਊਟੀ ਦਾ ਟਾਈਮ ਹੋ ਗਿਆ, ਡਿਊਟੀ ਦਾ ਟਾਈਮ ਹੋ ਗਿਆ। ਅਰੇ ਰਾਜੂ ਨੇ ਚੌਧਰੀ ਬਾਲਟੀ ਪੂਰੀ ਵਿਗਾੜੀ, ਸਹੀ ਗੱਲ ਹੀ ਕੱਲ। ਹਾਂ ਬਾਲਟੀ ਭਰ ਕੇ ਬਣਾਇਆ, ਬਾਲਟੀ ਭਰ ਕੇ ਲੀਟਰ ਦੀ ਬੋਤਲ ਤੇ 2 ਕਿਲੋ ਦੁੱਧ, 2 ਕਿਲੋ ਬਸ ਇਹਨੂੰ ਕਿੰਨਾ ਦੁੱਧ ਸੀ? ਲੀਟਰ ਦੀ ਬੋਤਲ 4 ਕਿਲੋ ਦੁੱਧ ਨਾਲ ਬਾਲਟੀ ਭਰ ਕੇ ਸੋਡਾ ਤੇ ਨਾਲ ਹੋਇਆ ਕੱਚੀ ਲੱਸੀ ਹੋਈ। ਨਹੀਂ ਮੈਂ ਨਾ, ਸਹੀ ਗੱਲ ਤੇ ਰਾਜੂ ਕੋ ਤਾਂ ਦੀ ਉੱਠਿਆ ਨਹੀਂ ਗਿਆ, ਵਾਵਾ ਹੀ ਪੀ ਲਿਆ ਸੀ ਉਹਨੇ ਅੱਜ ਕੇ। ਹਾਂ ਚੈੱਕ ਕਰੋ ਮਸ਼ੀਨਾਂ ਜਾ ਰਹੀਆਂ ਲੋਕਾਂ ਵਾਲੀਆਂ, ਰੋਡ ਬਣਦਾ ਪਿਆ ਜਫਰਵਾਲ ਵਾਲਾ, ਲੁੱਕ ਚੁੱਕ ਪੈ ਗਈ, ਰੋਡ ਪੂਰਾ ਫਸਟ ਕਲਾਸ ਹੋਈਏਗਾ। ਇਹ ਟੈਂਕੀ ਕਾਦੀ ਮੋਸਨ ਲੋਕੋ ਨੀ ਇਹਦੇ ਚ ਹੈ ਲੋਕ ਵਾਲਾ ਵੱਡਾ ਪੰਪ, ਤਰੇ ਗੱਡੀਆਂ ਨੇ ਬਾਈ ਵੀਲਰ ਸੋਹਣੇ ਲੱਗਦੇ ਤੁਸੀਂ ਨਹਾਤੇ ਨੀ, ਜਦੋਂ ਨਹਾਏ ਤੇ ਉਦੋਂ ਇੰਜ ਬਹੁਤਾ ਸੋਹਣਾ ਲੱਗਣਾ। ਈ ਤੇ ਬਾਅਦ ਜੇ ਖਤ ਪਹਿਲਾਂ ਕਰਾ ਰਿਹਾ, ਕੀ ਗੱਲ ਹੈ? ਖਾਂਦਾ ਪੀਂਦਾ ਫਰੂਟ ਅੱਬੇ ਦਾ ਖਾ ਰਿਹਾ ਸਾਲਾ, ਤੇ ਲਾਲ ਆਈਏ ਵੀ ਨੀ ਹੋਣਾ।